ਕਿੱਥੇ ਤਾਂ ਇਹਨਾਂ ਨੌਜਵਾਨਾਂ ਨੇ ਚਾਈ ਚਾਈ ਆਪਣੇ ਘਰ ਆਉਣਾ ਸੀ, ਪਰ ਹੁਣ ਅਮਰੀਕਾ ਤੋਂ ਇਹਨਾਂ ਦੀਆਂ ਲਾਸ਼ਾਂ ਆਈਆਂ ਨੇ। ਦੱਸਦੀਏ ਕਿ ਦੋ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਮੌਤ ਹੋਈ ਹੈ, ਉਹਨਾਂ ਦੀਆਂ ਲਾਸ਼ਾਂ ਨੂੰ ਪੰਜਾਬ ਲਿਆਂਦਾ ਗਿਆ। ਦੱਸਦੀਏ ਕਿ ਪੂਲ ਦੇ ਵਿੱਚ ਨਹਾਉਂਦੇ ਸਮੇਂ ਇਹ ਦੋ ਦੋਸਤ ਸਨ ਜਿਨ੍ਹਾਂ ਦੀ ਮੌਤ ਹੋਈ, ਪਾਣੀ ਦੇ ਵਿੱਚ ਡੁੱਬ ਗਏ। 18 ਸਾਲਾ ਅਮਨਦੀਪ ਸਿੰਘ ਹੁਸ਼ਿਆਰਪੁਰ ਅਤੇ ਉਸਦਾ ਦੋਸਤ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਮੌਤ ਹੋਈ ਹੈ। 2019 ਦੇ ਵਿੱਚ ਅਮਨਦੀਪ ਸਿੰਘ ਅਮਰੀਕਾ ਗਿਆ ਸੀ, 4 ਮਹੀਨੇ ਤੱਕ ਇਸ ਨੂੰ ਗ੍ਰੀਨ ਕਾਰਡ ਮਿਲ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਇਸ ਨੌਜਵਾਨ ਦੀ ਆਪਣੇ ਦੋਸਤ ਨਾਲ ਮੌਤ ਹੋਈ। ਦੋਵੇਂ ਪੰਜਾਬ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਪੰਜਾਬ ਡੱਬੇ ਦੇ ਵਿੱਚ ਬੰਦ ਹੋ ਕੇ ਪੁੱਜੀਆਂ ਨੇ। ਅੱਜ ਹੁਸ਼ਿਆਰਪੁਰ ਦੇ ਵਿੱਚ ਅਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਹੋਵੇਗਾ। ਤਾਂ ਅਮਰੀਕਾ ਦੇ ਵਿੱਚ ਦੋ ਨੌਜਵਾਨ ਪੰਜਾਬੀ ਜਿਨ੍ਹਾਂ ਦੀ ਮੌਤ ਹੋਈ, ਨਹਾਉਂਦੇ ਸਮੇਂ ਪਾਣੀ ਦੇ ਵਿੱਚ ਡੁੱਬ ਗਏ। 2019 ਦੇ ਵਿੱਚ ਅਮਨਦੀਪ ਸਿੰਘ ਅਮਰੀਕਾ ਗਿਆ ਸੀ, 4 ਮਹੀਨਿਆਂ ਤੱਕ ਉਸ ਨੂੰ ਗ੍ਰੀਨ ਕਾਰਡ ਮਿਲ ਜਾਣਾ ਸੀ ਔਰ ਹੁਣ ਇਹਨਾਂ ਦੋਵੇਂ ਦੋਸਤਾਂ ਦੀ ਸਵੀਮਿੰਗ ਪੂਲ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਔਰ ਦੋਵਾਂ ਦੀਆਂ ਲਾਸ਼ਾਂ ਨੂੰ ਪੰਜਾਬ ਲਿਆਂਦਾ ਗਿਆ। ਹੁਸ਼ਿਆਰਪੁਰ ਦੇ ਵਿੱਚ ਅਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਹੋਵੇਗਾ। ਅੰਮ੍ਰਿਤਸਰ ਏਅਰਪੋਰਟ ਵਿੱਚ ਆਏ ਸੀਗੇ ਆਪਣੇ ਗੜਬੀਵਾਲ ਤੋਂ ਅਮਨਦੀਪ ਸਿੰਘ ਅਤੇ ਜਲੰਧਰ ਦੇ ਨੇੜਿਓਂ ਸਾਹਿਲ, ਜੋ ਪਿਛਲੇ ਸਮੇਂ ਤੋਂ ਉੱਥੇ ਆਪਣੇ ਅਮਰੀਕਾ ਦੇ ਵਿੱਚ ਪਾਣੀ ਵਿੱਚ ਜੋ ਸਵੀਮਿੰਗ ਪੂਲ ਦੇ ਵਿੱਚ ਡੁੱਬ ਕੇ ਜਿਨ੍ਹਾਂ ਦੀ ਮੌਤ ਹੋ ਗਈ ਸੀ, ਅੱਜ ਉਹਨਾਂ ਦੀ ਡੈੱਡ ਬੋਡੀ ਇੱਥੇ ਪਹੁੰਚੀ ਸੀ। ਸੋ MLA ਜਸਜੀਤ ਸਿੰਘ ਅਗਰਵਾਲ ਜੀ ਵੀ ਪਹੁੰਚੇ ਸੀਗੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ। ਜੋ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਪਿਆ ਉਹ ਪੂਰਾ ਤਾਂ ਨਹੀਂ ਹੋ ਸਕਦਾ, ਪਰ ਫਿਰ ਵੀ ਚਲੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ। ਅੱਜ ਬੜੀ ਦੁਖੀ ਦੀ ਗੱਲ ਹੈ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਦੋ ਪੰਜਾਬ ਦੇ ਨੌਜਵਾਨਾਂ ਦੀ ਸਾਹਿਲ ਅਮਨਦੀਪ ਦੀ ਡੈਥ ਹੋਈ ਸੀ, ਉਹਨਾਂ ਦੀ ਅੱਜ ਅੰਮ੍ਰਿਤਸਰ ਏਅਰਪੋਰਟ 'ਤੇ ਡੈਥ ਬੋਡੀ ਆਈ ਸੀ, ਜਿਨ੍ਹਾਂ ਨੂੰ ਰਿਸੀਵ ਕੀਤਾ ਆ। ਤਾਂ ਸਾਰਿਆਂ ਦੇ ਮਨ ਬੜੇ ਉਬਾਈ ਜੀ ਹੈ, ਜਿਨ੍ਹਾਂ ਦਾ ਆਫਿਸ ਸੀਗਾ ਬੜਾ ਹੀ ਦੁੱਖ ਦਾ ਕਹਿਰ ਗੱਤੀਆ, ਪਰਿਵਾਰ ਰੋ ਰੋ ਕੇ ਹਮਲਾ ਹੋਇਆ ਸਰਕਾਰ ਉੱਤੇ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਨੂੰ ਹਿੰਮਤ ਬਖਸ਼ੇ। ਕਿੱਥੇ ਤਾਂ ਇਹਨਾਂ ਨੌਜਵਾਨਾਂ ਨੇ ਚਾਈ ਚਾਈ ਆਪਣੇ ਘਰ ਆਉਣਾ ਸੀ, ਪਰ ਹੁਣ ਅਮਰੀਕਾ ਤੋਂ ਇਹਨਾਂ ਦੀਆਂ ਲਾਸ਼ਾਂ ਆਈਆਂ ਨੇ। ਦੱਸਦੀਏ ਕਿ ਦੋ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਮੌਤ ਹੋਈ ਹੈ, ਉਹਨਾਂ ਦੀਆਂ ਲਾਸ਼ਾਂ ਨੂੰ ਪੰਜਾਬ ਲਿਆਂਦਾ ਗਿਆ। ਦੱਸਦੀਏ ਕਿ ਪੂਲ ਦੇ ਵਿੱਚ ਨਹਾਉਂਦੇ ਸਮੇਂ ਇਹ ਦੋ ਦੋਸਤ ਸਨ ਜਿਨ੍ਹਾਂ ਦੀ ਮੌਤ ਹੋਈ, ਪਾਣੀ ਦੇ ਵਿੱਚ ਡੁੱਬ ਗਏ। 18 ਸਾਲਾ ਅਮਨਦੀਪ ਸਿੰਘ ਹੁਸ਼ਿਆਰਪੁਰ ਅਤੇ ਉਸਦਾ ਦੋਸਤ ਜਿਨ੍ਹਾਂ ਦੀ ਅਮਰੀਕਾ ਦੇ ਵਿੱਚ ਮੌਤ ਹੋਈ ਹੈ। 2019 ਦੇ ਵਿੱਚ ਅਮਨਦੀਪ ਸਿੰਘ ਅਮਰੀਕਾ ਗਿਆ ਸੀ, 4 ਮਹੀਨੇ ਤੱਕ ਇਸ ਨੂੰ ਗ੍ਰੀਨ ਕਾਰਡ ਮਿਲ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਇਸ ਨੌਜਵਾਨ ਦੀ ਆਪਣੇ ਦੋਸਤ ਨਾਲ ਮੌਤ ਹੋਈ। ਦੋਵੇਂ ਪੰਜਾਬ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਪੰਜਾਬ ਡੱਬੇ ਦੇ ਵਿੱਚ ਬੰਦ ਹੋ ਕੇ ਪੁੱਜੀਆਂ ਨੇ। ਅੱਜ ਹੁਸ਼ਿਆਰਪੁਰ ਦੇ ਵਿੱਚ ਅਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਹੋਵੇਗਾ। ਤਾਂ ਅਮਰੀਕਾ ਦੇ ਵਿੱਚ ਦੋ ਨੌਜਵਾਨ ਪੰਜਾਬੀ ਜਿਨ੍ਹਾਂ ਦੀ ਮੌਤ ਹੋਈ, ਨਹਾਉਂਦੇ ਸਮੇਂ ਪਾਣੀ ਦੇ ਵਿੱਚ ਡੁੱਬ ਗਏ। 2019 ਦੇ ਵਿੱਚ ਅਮਨਦੀਪ ਸਿੰਘ ਅਮਰੀਕਾ ਗਿਆ ਸੀ, 4 ਮਹੀਨਿਆਂ ਤੱਕ ਉਸ ਨੂੰ ਗ੍ਰੀਨ ਕਾਰਡ ਮਿਲ ਜਾਣਾ ਸੀ ਔਰ ਹੁਣ
ਇਹਨਾਂ ਦੋਵੇਂ ਦੋਸਤਾਂ ਦੀ ਸਵੀਮਿੰਗ ਪੂਲ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਔਰ ਦੋਵਾਂ ਦੀਆਂ ਲਾਸ਼ਾਂ ਨੂੰ ਪੰਜਾਬ ਲਿਆਂਦਾ ਗਿਆ। ਹੁਸ਼ਿਆਰਪੁਰ ਦੇ ਵਿੱਚ ਅਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਹੋਵੇਗਾ। ਅੰਮ੍ਰਿਤਸਰ ਏਅਰਪੋਰਟ ਵਿੱਚ ਆਏ ਸੀਗੇ ਆਪਣੇ ਗੜਦੀਵਾਲ ਤੋਂ ਅਮਨਦੀਪ ਸਿੰਘ ਅਤੇ ਜਲੰਧਰ ਦੇ ਨੇੜਿਓਂ ਸਾਹਿਲ, ਜੋ ਪਿਛਲੇ ਸਮੇਂ ਤੋਂ ਉੱਥੇ ਆਪਣੇ ਅਮਰੀਕਾ ਦੇ ਵਿੱਚ ਪਾਣੀ ਵਿੱਚ ਜੋ ਸਵੀਮਿੰਗ ਪੂਲ ਦੇ ਵਿੱਚ ਡੁੱਬ ਕੇ ਜਿਨ੍ਹਾਂ ਦੀ ਮੌਤ ਹੋ ਗਈ ਸੀ, ਅੱਜ ਉਹਨਾਂ ਦੀ ਡੈੱਡ ਬੋਡੀ ਇੱਥੇ ਪਹੁੰਚੀ ਸੀ। ਉਹ MLA ਜਸਜੀਤ ਸਿੰਘ ਅਗਰਵਾਲ ਜੀ ਵੀ ਪਹੁੰਚੇ ਸੀਗੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ। ਜੋ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਪਿਆ ਉਹ ਪੂਰਾ ਤਾਂ ਨਹੀਂ ਹੋ ਸਕਦਾ, ਪਰ ਫਿਰ ਵੀ ਚਲੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ। ਅੱਜ ਬੜੀ ਦੁਖੀ ਦੀ ਗੱਲ ਹੈ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਨਰਕਾ ਦੇ ਵਿੱਚ ਦੋ ਪੰਜਾਬ ਦੇ ਨੌਜਵਾਨਾਂ ਦੀ ਸਾਹਿਲ ਅਮਨ ਦੀ ਡੈਥ ਹੋਈ ਸੀ, ਉਹਨਾਂ ਦੀ ਅੱਜ ਅੰਮ੍ਰਿਤਸਰ ਏਅਰਪੋਰਟ 'ਤੇ ਡੈਥ ਬੋਡੀ ਆਈ ਸੀ, ਜਿਨ੍ਹਾਂ ਨੂੰ ਰਿਸੀਵ ਕੀਤਾ ਆ ਤਾਂ ਸਾਰਿਆਂ ਦੇ ਮਨ ਬੜੇ ਉਬਾਈ ਜੀ ਹੈ, ਜਿਨ੍ਹਾਂ ਦਾ ਸੀਗਾ ਬੜਾ ਹੀ ਦੁੱਖ ਦਾ ਕਹਿਰ ਗਿਆ, ਪਰਿਵਾਰ ਰੋ ਰੋ ਕੇ ਹਮਲਾ ਹੋਇਆ ਸਰਕਾਰ ਉੱਤੇ, ਪਰ ਵਾਹਿਗੁਰੂ ਕਿਸੇ ਪਾਸੇ ਕਿਰਪਾ ਕਰੇ ਇਹਨਾਂ ਨੂੰ ਹਿੰਮਤ ਬਖਸ਼ੇ।